ਭਾਅ ਜੀ ਕੀ ਨਾਮ ਆ ਤੁਹਾਡਾ? ਏ ਐਸ ਏ ਜਲੰਧਰ ਸਿੰਘ ਜੀ। ਕਿੱਥੇ ਲੱਗੇ ਹੋ? ਅਸੀਂ ਜਿਹੜੀ EVR ਈਕੋ 3 ਗੱਡੀਆਂ। ਅੱਛਾ, ਮਤਲਬ ਉਹਨਾਂ 'ਤੇ ਲੱਗੇ ਹਾਂ। ਕੀ ਹੋਇਆ ਕੀ ਸੀਗਾ? 112 'ਤੇ ਕੀ ਹੋਇਆ ਕੀ ਸੀ? ਅੱਜ ਸਾਨੂੰ ਇੱਧਰੋਂ ਰਾਤੀ ਸੱਚੂ ਸਾਹਿਬ ਨੇ ਮਤਲਬ ਬੰਦੇ ਭੇਜੇ ਸੀ, ਚਿੱਟਾ ਜ਼ਿਆਦਾ ਅਤੇ ਹਰੇਕ ਨੂੰ ਤੰਗ ਕਰਦਾ, ਲੁੱਟ ਖੋਹਾ ਕਰਦਾ ਬੰਦਾ, ਉਹਨੂੰ ਗਿਰ ਫੜਨ ਲਈ। ਸੁਬਹਾ ਸਾਨੂੰ ਫਿਰ ਸਤ ਸਾਹਿਬ ਨੇ ਕਿਹਾ ਵੀ ਬੰਦੇ ਨੂੰ ਆਪਾਂ ਗ੍ਰਿਫਤਾਰ ਕਰਨਾ, ਮਤਲਬ ਕਿ ਇਹ ਬਹੁਤ ਮਤਲਬ ਤੰਗ ਕਰਦਾ, ਪਬਲਿਕ ਲੁੱਟਾਂ ਕਰਦਾ ਅਤੇ ਚਿੱਟਾ ਜ਼ਿਆਦਾ। ਫਿਰ ਕੀ ਹੋਇਆ? ਫਿਰ ਅਸੀਂ ਕਰੀਬ 5 ਵਜੇ ਸਾਨੂੰ ਪਤਾ ਲੱਗਿਆ ਵੀ ਬੰਦਾ ਇੱਥੇ ਬੈਠਾ। ਕਿਹੜੀ ਜਗ੍ਹਾ 'ਤੇ? ਬੀਟ ਤਲਾਬ। ਅੱਛਾ, ਬਸਤੀ ਨੰਬਰ 2। ਫਿਰ ਜੀ? ਫਿਰ ਅਸੀਂ ਤਿੰਨੇ ਗਏ, ਮਤਲਬ ਇੱਕ ਘਰ ਬੈਠਾ ਚਿੱਟਾ ਪੀ ਰਿਹਾ ਸੀ, ਉਹਨੂੰ ਕਿਹਾ ਵੀ ਤੁਸੀਂ ਆ ਸਾਡੇ ਨਾਲ ਚੱਲੋ, ਅਤੇ ਉਹ ਸਾਡੇ ਚੱਲਣ ਲਈ ਨਾਗਪੁਰ ਦੇ ਬਜਾਏ ਸਾਡੇ ਗਲ ਪੈ ਗਿਆ, ਅਤੇ ਅਸਲਾ ਫੋਨ ਦੀ ਕੋਸ਼ਿਸ਼ ਕੀਤੀ। ਫਿਰ ਅਤੇ ਜਦੋਂ ਉਹਨੇ ਅਸਲਾ ਨੂੰ ਹੱਥ ਪਾ ਲਿਆ, ਇਹਨੇ ਸਾਰੇ ਅਸੀਂ ਗੁੱਤਮੁੱਤੀ ਹੋਏ ਸਾਡੇ ਨਾਲ ਕਾਫੀ ਚਿਰ ਉਹ, ਅਤੇ ਫਿਰ ਉਹਨੇ ਸਾਡੇ ਅਸਲਾ ਫੋਨ 'ਤੇ ਜਦੋਂ ਅਸੀਂ ਫਿਰ ਉਹਨੇ ਮੈਗਜ਼ੀਨ ਕੁਦਰਤੀ ਉੱਤਰ ਗਿਆ ਕਾਰਨ ਤੋਂ। ਅੱਛਾ, ਅਤੇ ਉਹ ਮੈਗਜ਼ੀਨ ਉਹਨੇ ਫੜ ਕੇ ਮਤਲਬ ਕਿ ਮਾਰਦੀ ਮੀਂਹਦਿਆਂ ਨਾਲ ਮੇਰੇ ਸਿਰ 'ਚ ਮਾਰ। ਕਿੰਨੇ ਜਣੇ ਜ਼ਖਮੀ ਹੋ ਤੁਸੀਂ? ਅਸੀਂ ਤਿੰਨ ਜਣਾ, ਜ਼ਿਆਦਾ ਮੇਰੇ ਸੱਟਾਂ, ਅਤੇ ਹਰਦੀਪ ਦੇ ਵੀ ਬਹੁਤ ਸੱਟ ਲੱਗੀ ਹੈ, ਅਤੇ ਉਹ ਇਕੱਲਾ ਹੀ ਬੰਦਾ ਉਹ ਗਗਨਪ੍ਰੀਤ ਦੇ? ਹਾਂ, ਉਹ ਇਕੱਲਾ ਹੀ ਨਸ਼ੇ ਦੇ ਬਹੁਤ। ਉਹ ਫਰਾਰ ਹੋ ਗਿਆ ਕਿ ਫੜ ਲਿਆ? ਫੜ ਲਿਆ। ਕਿੱਥੇ ਲਿਆਂਦਾ ਹੁਣ? ਹੁਣ SHO ਸਦਰ ਦੇਵਾਲੇ। ਅਸੀਂ ਬੀਟ ਤਲਾਬ ਬਸਤੀ ਨੰਬਰ 2 'ਚ ਗਏ ਸੀ ਜੀ। ਸਾਨੂੰ SHO ਸਾਹਿਬ ਨੇ ਕਿਹਾ ਸੀ ਵੀ ਇਹ ਬੰਦਾ ਕ੍ਰਿਮੀਨਲ ਆ, ਉਹਨਾਂ ਦੀ ਪੁਲਿਸ ਪਾਰਟੀ 'ਤੇ ਵੀ ਹਮਲਾ ਕੀਤਾ ਸੀ ਇਹਨੇ। ਅਸੀਂ ਜਦੋਂ ਉੱਥੇ ਗਏ, ਸਾਨੂੰ ਪਤਾ ਲੱਗਿਆ ਵੀ ਉਹ ਕਿਸੇ ਦੇ ਘਰ ਬੈਠਾ ਚਿੱਟਾ ਲਾ ਰਿਹਾ। ਇੱਕ ਹੀ ਉਹਨਾਂ ਦੇ ਕਮਰਾ ਸੀ, ਇੱਕ ਕਮਰੇ ਦੇ ਵਿੱਚ ਤਿੰਨੇ ਜਣੇ ਚਿੱਟਾ ਲਾ ਰਹੇ ਸੀ। ਜਦੋਂ ਇਹਨੂੰ ਪੁੱਛਿਆ ਵੀ ਤੂੰ ਕੌਣ ਹੈ, ਵੀ ਤੇਰਾ ਨਾਂ ਹੈ, ਇਹ ਨਹੀਂ ਮੰਨਿਆ। ਸਾਨੂੰ ਸ਼ੱਕ ਦੇ ਆਧਾਰ 'ਤੇ ਪਤਾ ਲੱਗ ਗਿਆ ਵੀ ਇਹਦੇ ਜ਼ਖਮ ਸੀਗਾ ਪੈਰ 'ਤੇ, ਵੀ ਉਹੀ ਬੰਦਾ। ਅਸੀਂ ਜਦੋਂ ਇਹਨੂੰ ਕਾਬੂ ਕਰਕੇ ਗਲੀ 'ਚ ਲਿਆਂਦਾ ਤਾਂ ਇਹ ਸਾਡੇ ਨਾਲ ਹੱਥੋਂ ਪਈ ਹੋਣ ਦਾ। ਚਲੋ, ਅਸੀਂ ਫਿਰ ਵੀ ਇਹਨੂੰ ਪਿਆਰ ਨਾਲ ਕਿਹਾ ਵੀ ਤੂੰ ਬਹਿ ਜਾ ਸਾਡੇ ਨਾਲ ਸ਼ਿੰਦੂ, ਵੀ ਤੈਨੂੰ ਥਾਣੇ ਲੈ ਕੇ ਜਾਣਾ, ਠੀਕ ਹੈ? ਕਿਉਂਕਿ ਰਾਤ ਇਹਨੇ ਵਾਰਦਾਤ ਕੀਤੀ ਸੀ ਮੁਲਾਜ਼ਮਾਂ ਨਾਲ, ਇਹਨੂੰ ਪਤਾ ਸੀ ਵੀ ਥਾਣੇ ਲੈ ਕੇ ਜਾਣਾ। ਫਿਰ ਜਦੋਂ ਗੱਡੀ ਕੋਲ ਆ ਕੇ ਗੱਡੀ 'ਚ ਬੈਠਣ ਲੱਗੀ, ਗੱਡੀ 'ਤੇ ਵੀ ਲੱਤਾਂ ਮਾਰੀਆਂ, ਸਾਡੇ ਆ ਬਦਲੂ ਵੀ ਤੋੜਤੇ, ਠੀਕ ਹੈ, ਹਰਦੀਪ ਦੇ ਵੀ ਸੱਟ ਵੱਜੀ ਹੈ। ਬਾਅਦ 'ਚ ਥਾਣੇਦਾਰ ਸਾਹਿਬ ਸਾਈਡ 'ਤੇ ਖੜ੍ਹੇ ਸੀ ਅਤੇ ਸਾਨੂੰ ਧੱਕ ਕੇ ਅਤੇ ਅਸਲੇ ਨੂੰ ਪੈ ਗਏ। ਅਸਲੇ ਨੂੰ ਜਦੋਂ ਪਿਆ ਥਾਣੇਦਾਰ ਸਾਹਿਬ ਨੇ ਮੈਗਜ਼ੀਨ ਲਾ ਲਿਆ ਵੀ ਫੈਰਨਾ, ਫਿਰ ਉਸ ਤੋਂ ਬਾਅਦ ਮੈਗਜ਼ੀਨ ਖੋਹ ਕੇ ਥਾਣੇਦਾਰ ਸਾਹਿਬ ਦੇ ਸਿਰ 'ਤੇ ਮਾਰਿਆ, ਫਿਰ ਉਦੋਂ ਬਾਅਦ ਤੋਂ ਵਾਪਸ ਮੈਗਜ਼ੀਨ ਖੋਹਿਆ ਅਸੀਂ, ਫਿਰ ਮੋਢੇ 'ਤੇ ਹੀ ਵਾਰ ਕੀਤਾ ਇਹ ASI ਜਲੰਧਰ ਸਿੰਘ ਦੇ ਮੋਢੇ 'ਤੇ ਵਾਰ ਕਰਨ ਤੋਂ ਬਾਅਦ ਜਦੋਂ ਇਹਨੂੰ ਕਿਹਾ, ਫਿਰ SHO ਸਾਹਿਬ ਨੂੰ ਕਾਲ ਕੀਤੀ ਵੀ ਤੁਸੀਂ ਆਓ ਮੌਕੇ 'ਤੇ, ਵੀ ਇਹ ਨਹੀਂ ਮੰਨਦਾ। ਫਿਰ ਜਦੋਂ SHO ਸਾਹਿਬ ਮੌਕੇ 'ਤੇ ਆਏ, ਇਹ ਅਸਲੀ ਨਾਲ ਫੈਰ ਕਰਨ ਦੀ ਵੀ ਕੋਸ਼ਿਸ਼ ਕਰਦਾ ਸੀ ਮੈਗਜ਼ੀਨ ਲਾ ਕੇ ਤੁਹਾਡੇ ਵਾਲੇ ਨਾਲ, ਸਾਡੇ 'ਤੇ ਤੁਹਾਡੇ ਅਸਲੇ ਜੋ ਸਾਡੇ ਕੋਲ ਅਸਲਾ ਸੀ ਕਾਰਵਾਈ ਉਹਦੇ 'ਤੇ, ਉਹਦੇ ਨਾਲ ਫੈਰ ਕਰਨ ਦੀ ਕੋਸ਼ਿਸ਼ ਕਰ। ਹੁਣ ਕਿੱਥੇ ਲਿਆਂਦਾ ਇਹਨੂੰ? ਉਹ SHO ਸਦਰ ਦੇ ਹਵਾਲੇ। ਮੇਰਾ ਨਾਮ ਡਾਕਟਰ ਹਰਸ਼ਿਤ ਗੋਇਲ ਹੈ, ਮੈਡੀਕਲ ਹਾਸਪਿਟਲ। ਮੇਰੇ ਕੋਲ ਪੁਲਿਸ ਮੁਲਾਜ਼ਮ ਆਏ, ਉਹਨਾਂ ਦੇ ਕਹਿਣ ਮੁਤਾਬਕ ਬੀਟ ਤਲਾਬ ਕੋਲੇ ਉਹਨਾਂ ਦਾ ਕੋਈ ਲੜਾਈ ਝਗੜਾ ਹੋਇਆ ਜਿਸ ਸੰਬੰਧੀ ਉਹ ਮੁੰਡਾ। ਕਿੰਨੇ ਨੇ ਜ਼ਖਮੀ ਹੈ ਜੀ? ਸਾਡੇ ਕੋਲ ਹਜੇ ਤੱਕ ਇੱਕੋ ਜਨ ਦਾਖਲ ਹੈ। ਪਹਿਲਕਾ ਨਿਊਜ਼। ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਪਹਿਲਕਾ ਨਿਊਜ਼ ਬਾਗੀ ਹੈ। ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ।
ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ। ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਪਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਪਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।